जय जोहा बाबा गुरु नानक साहिब। और अपडेट दे रहे हैं संतवानोसी फोरम तो रंजीत निगारा नॉन प्रॉफिट ऑर्गनाइजेशन मंटिका सिटी कैलिफोर्निया स्टेट यूएसए तो। जी हाँ जी, जिथे साढ़े सिंह साहिबान ने सेवा का बेड़ा चुकया है गुरु घर नूं रीस्टोर करन दा, हुण असीं तुहानूं बहुत छेती छेती जल्दी ने जिहड़ी चेंजेस हो रही ने उन्हां दे बारे च असीं तुहानूं दस रहे हां। ज्यों ज्यों गुरपुरब नेड़े आ रहा है, ज्यों ज्यों संगतां दे मैसेज जिहड़े ने ज़्यादा आ रहे ने और पुछदियां ने संगतां साडे कोलों कि तुसीं कित्थे तक पहुँचे और काम कित्थे तक पहुँचिया, ते पल पल तुसीं वी रिपोर्ट दे इंतज़ार करदे हो ते सानूं वी बहुत दिल करदा कि जल्दी तो जल्दी असीं तुहानूं वी कुछ नवां करके जिहड़ा दिखाईए। असीं तो लास्ट वीडियो च अपडेट दित्ती सी, कुछ चीज़ां गिलियां सन, कुछ पहले पहले हिस्से सन, हले कोई दूसरा हिस्सा होया सी, कोई तीसरा हिस्सा होया सी, तो उहदे च काफ़ी कुछ दिनों के अंदर अंदर देखो तुसीं फिर अगली रिपोर्ट आ गई है और उहदे च काफ़ी काम जिहड़ा इंप्रूव होया। साडे नाल मौजूद ने इस वेले रीस्टोरिंग दे जिहड़े सुपरवाइजर ने इश्तियाक साहब, तो असीं इश्तियाक साहब नाल गल करदे आं। अस्सलाम वालेकुम इश्तियाक साहब, की हाल ने? माइक इज़ योर जी, की हाल ने जी? ठीक ठाक जी, अल्लाह का शुक्र। हाँ जी जी, की चल रहा जी? तुहाडे सामने ही है जी कि तुसीं देख सकते हो ग्राउंड फ्लोर का जिहड़ा एक्सटर्नल फसाद है ਉਹਦਾ ਰਿਪੇਅਰ ਵਰਕ ਤਕਰੀਬਨ ਕੰਪਲੀਟ ਹੋ ਚੁੱਕਿਆ ਹੈ। ਇੰਟਰਨਲ ਤੁਸੀਂ ਜੀ ਜੀ ਫਰੰਟ ਫਸਾਡ ਜਿਹੜਾ ਵੀ ਉਹਦਾ ਕੰਪਲੀਟ ਹੋ ਗਿਆ ਹੈ, ਮਤਲਬ ਬ੍ਰਿਕ ਵਰਕ ਜਿੰਨਾ ਵੀ ਸੀ ਉਹ ਅਸੀਂ ਕੰਪਲੀਟ ਕਰ ਦਿੱਤਾ, ਹੁਣ ਇਨਸ਼ਾਅੱਲਾ ਇਹਦਾ ਪਲਾਸਟਰ ਐਸ ਸੂਨ ਐਸ ਪੋਸੀਬਲ ਅਸੀਂ ਸ਼ੁਰੂ ਕਰ ਦਿਆਂਗੇ। ਬਾਹਰ ਵੀ ਪਲਾਸਟਰ ਚੜੇਗਾ ਜੀ? ਬਿਲਕੁਲ, ਗਰਾਊਂਡ ਫਲੋਰ ਬਾਹਰ, ਕਿਉਂਕਿ ਤਿੰਨੋ ਸਾਈਡ ਪਲਾਸਟਰ ਨੇ ਚਾਰੋ ਸਾਈਡ, ਅਤੇ ਬਾਹਰ ਦਾ ਅਸੀਂ ਜਿਹੜਾ ਫਿਰ ਅਸੀਂ ਪਲਾਸਟਰ ਇਨਸ਼ਾਅੱਲਾ ਜਲਦੀ ਸ਼ੁਰੂ ਕਰ ਦਾਂਗੇ। ਅੰਦਰ ਐਜ਼ ਇਟ ਇਜ਼ ਉਹ ਤਾਂ ਐਜ਼ ਇਟ ਇਜ਼ ਰਹੇਗਾ, ਕਿਉਂਕਿ ਬਿਲਕੁਲ ਉਹ ਤਾਂ ਤੁਸੀਂ ਦੇਖਿਆ ਹੀ ਸੀ, ਕਿਉਂਕਿ ਅਸੀਂ ਉਹਦੇ ਵਿੱਚ ਜਿੰਨੀ ਸਫਾਈ ਦੇ ਟਾਈਮ ਲਾਇਆ ਸੀ ਅਤੇ ਉਹ ਐਸੇ ਵਜ੍ਹਾ ਤੋਂ ਹੀ ਲਾਇਆ ਸੀ ਕਿਉਂਕਿ ਉਹ ਪਲਾਸਟਰ ਨਹੀਂ ਸੀ ਹੋਣਾ। ਅਤੇ ਗਰਾਊਂਡ ਫਲੋਰ ਬੜਾ ਸੋਹਣਾ ਇੰਜ ਬਹੁਤ ਪਿਆਰਾ ਲੱਗਾ ਜੀ। ਜੀ ਬਿਲਕੁਲ, ਇਸ ਤਰ੍ਹਾਂ ਹੀ ਜੀ, ਉਹ ਆਪਣੀ ਤੇ ਇੱਟ ਦੀ ਤੇ ਆਪਣੀ ਖੂਬਸੂਰਤੀ ਹੈ ਨਾ ਜੀ, ਕੁਛ ਨਹੀਂ ਕੀਤਾ, ਸਾਰਾ ਕੁਝ ਪਹਿਲੇ ਦਾ। ਹਾਂਜੀ, ਇੰਜ ਹੀ ਲੱਗ ਰਿਹਾ ਬਿਲਕੁਲ ਜੀ, ਦੇਖਣ ਦੇ ਵਿੱਚ ਇਹ ਚੀਜ਼ ਹੋ ਰਹੀ ਹੈ ਕਿ ਜਿਸਾਂ ਪੁਰਾਣੀ ਆ। ਜੀ ਜੀ ਬਿਲਕੁਲ, ਇਸ ਤਰ੍ਹਾਂ ਹੀ। ਚਲੀਏ ਫਿਰ ਸਾਨੂੰ ਜੀ ਜੀ ਜ਼ਰੂਰ ਆਓ ਜੀ। ਜਿਸ ਤਰ੍ਹਾਂ ਜੀ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਗਰਾਊਂਡ ਫਲੋਰ ਦਾ ਅਸੀਂ ਲੈਫਟ ਅਤੇ ਰਾਈਟ ਸਾਈਡ ਇਹਦੀ ਕੰਪਲੀਟ ਕਰ ਦਿੱਤੀ ਹੈ, ਸੈਂਟਰਲ ਆਰਚ ਇਹਦੀ ਚੱਲ ਰਹੀ ਹੈ ਜੀ ਰਿਪੇਅਰਿੰਗ, ਅਤੇ ਟੀਮ ਨੇ ਬਕਾਇਦਾ ਇਹਨੂੰ ਸਾਰਾ ਡਾਕੂਮੈਂਟ ਪਹਿਲੇ ਕੀਤਾ ਸੀ ਸਾਡੀ ਰੁਬਾਬ ਫਾਤਮਾ ਆਰਕੀਟੈਕਟ ਨੇ, ਚੀਫ ਆਰਕੀਟੈਕਟ ਜਿਹੜੇ ਨੇ ਉਸਮਾਨ ਫੈਜ਼ੀ ਸਾਹਿਬ ਨੇ। ਜਿਹੜੀ ਲੈਫਟ ਸਾਈਡ 'ਤੇ ਮਾਲਟਾ ਸਾਈਡ 'ਤੇ ਤੁਸੀਂ ਡੀਟੇਲ ਦੇਖੋਗੇ ਔਰ ਸਰੋਵਰ ਸਾਈਡ 'ਤੇ ਜਿਹੜੀ ਡੀਟੇਲ ਦੇਖੋਗੇ ਉਹ ਸਾਰੀ ਡੀਟੇਲ ਤੁਹਾਨੂੰ ਫਰੰਟ ਫਸਾਡ ਦੇ ਉੱਤੇ ਨਜ਼ਰ ਆਏਗੀ, ਜਿਹਨੂੰ ਕਿ ਅਸੀਂ ਰੈਪਲੀਕੇਟ ਕੀਤਾ। ਸਾਡੀ ਟੀਮ ਨੇ ਸੁਜੈਸਟ ਇਹ ਕੀਤਾ ਸੀ ਕਿ ਅਸੀਂ ਪਹਿਲੇ ਇਹਨੂੰ ਬ੍ਰਿਕ ਵਰਕ 'ਚ ਕਰੀਏ, ਅਸੀਂ ਪਹਿਲੇ ਇਹਨੂੰ ਬੇਸਿਕਲੀ ਪਲਾਸਟਰ ਦੇ ਵਿੱਚ ਵੀ ਅਸੀਂ ਕਰ ਸਕਦੇ ਸਾਂ, ਲੇਕਿਨ ਉਸ ਕਿਸਮ ਦੀ ਮਜ਼ਬੂਤੀ, ਉਸ ਕਿਸਮ ਦਾ ਇਹਦਾ ਟਾਈਮ ਡਿਊਰੇਸ਼ਨ, ਬਿਲਕੁਲ ਜੀ ਜੀ, ਪਹਿਲੇ ਇਸ ਲਈ ਉਹਨਾਂ ਨੇ ਸੁਜੈਸਟ ਇਹ ਕੀਤਾ ਸੀ ਟੀਮ ਨੇ ਕਿ ਇਹਨੂੰ ਬ੍ਰਿਕ ਵਰਕ ਦੇ ਵਿੱਚ ਪਹਿਲੇ ਕੰਪਲੀਟ ਕਰੀਏ, ਉਸ ਤੋਂ ਬਾਅਦ ਜਿਹੜਾ ਅਸੀਂ ਉਹਨੂੰ ਪਲਾਸਟਰ ਦੇ ਵਿੱਚ ਇਹਦੀ ਫਾਈਨਲ ਫਿਨਿਸ਼। ਬਿਲਕੁਲ ਜੀ, ਬਿਲਕੁਲ ਹੋ ਸਕਦੀ ਸੀ, ਲੇਕਿਨ ਉਹੀ ਹੈ ਨਾ ਕਿ ਰਿਲਾਇਬਲ ਨਹੀਂ ਸੀ ਹੋਣਾ ਉਹਨੇ, ਕੁਛ ਅਰਸੇ ਤੋਂ ਬਾਅਦ ਜ਼ਾਹਿਰ ਕ੍ਰੈਕਸ ਔਰ ਖਰਾਬ ਜਿਹੀਆਂ ਚੀਜ਼ਾਂ ਉਹ ਚੀਜ਼ਾਂ ਇਹਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਣੀਆਂ ਸਰ ਜੀ ਜੀ। ਹਾਂਜੀ, ਮੈਂ ਸ਼ਾਇਦ ਉਦੋਂ ਨਹੀਂ ਸੀ ਇੱਧਰ, ਮੈਂ ਮਟੀਰੀਅਲ ਪਰਚੇਜ਼ਿੰਗ ਅਸੀਂ ਗਿਆ ਸੀ, ਸ਼ਾਇਦ ਤੁਸੀਂ ਲਾਸਟ ਵੀ ਸੀ ਉਹਦੇ ਵਿੱਚ, ਤੁਹਾਨੂੰ ਉਹਨਾਂ ਨੇ ਗਾਈਡ ਕੀਤਾ ਹੋਏਗਾ ਜੀ। ਬਿਲਕੁਲ, ਇੱਥੇ ਤੱਕ ਤਕਰੀਬਨ ਤੁਸੀਂ ਪਹੁੰਚੇ ਸੀ। ਬੜਾ ਵਧੀਆ ਲੱਗ ਰਿਹਾ ਕਿ ਇਸ ਵੇਲੇ ਅਸੀਂ ਜਿਹੜਾ ਮਤਲਬ ਕਿ ਅੱਗੇ ਚੱਲ ਰਹੇ ਹਾਂ ਔਰ ਤੁਸੀਂ ਫਰੰਟ ਪੋਰਸ਼ਨ ਸਿਰਫ ਉੱਤੇ ਆਰਕ ਦੇਖੋ, ਆਰਕ ਰਹਿ ਗਈ ਹੈ, ਬਾਕੀ ਸਾਰਾ ਦਾ ਸਾਰਾ ਜਿਹੜਾ ਫਰੰਟ ਹੈ ਉਹ ਸਾਡੀ ਜਿਹੜੀ ਬ੍ਰਿਕਸ ਨੇ, ਕਹਿ ਲਵੋ ਤੁਸੀਂ ਕਿ ਨਾਨਕ ਸ਼ਾਹੀ ਔਰ ਲਾਹੌਰੀ ਚੌਕਾ ਜਿਹੜਾ ਉਹਨੂੰ ਮਿਕਸ ਕਰਕੇ ਅਤੇ ਪੂਰਾ ਕਰ ਲਿੱਤਾ ਗਿਆ, ਜਿਸ ਤਰ੍ਹਾਂ ਕਿ ਡੋਟ ਜਿਹੜੀ ਪੁਰਾਣੀ ਦਰਵਾਜ਼ੇ ਦੀ ਸੀ ਜਿਹਨੂੰ ਕਿ ਖਤਮ ਕਰ ਦਿੱਤਾ ਗਿਆ ਸੀ ਉਹ ਦੁਬਾਰਾ ਤੋਂ ਲੱਗ ਰਹੀ ਹੈ, ਇਹਦੀ ਕੀ ਵਜ੍ਹਾ ਹੈ ਜੀ? ਤੁਸੀਂ ਇਹਦੇ 'ਤੇ ਬੜਾ ਅੱਛੇ ਤਰੀਕੇ ਨਾਲ ਜ਼ੋਰ ਦੇ ਰਹੇ ਹੋ। ਸਰ ਦੇਖੋ, ਇਹ ਫਸਾਡ ਜਿਹੜਾ ਸੀ ਇਹ ਪਹਿਲੇ ਕਿਉਂਕਿ ਡਿਸਟੋਰਟ ਹੋ ਚੁੱਕਿਆ ਸੀ, ਸਾਰਾ ਖਤਮ ਹੋ ਚੁੱਕਿਆ ਸੀ, ਇਹਦੇ ਵਿੱਚ ਕੋਈ ਡਿਟੇਲ ਬਾਕੀ ਨਹੀਂ ਸੀ। ਫਰੰਟ ਦੀ ਜਿਹੜੀ ਆਰਚ ਸੀ ਇਹਦੇ ਵਿੱਚ ਟੋਟਲੀ ਉਹਨਾਂ ਨੇ ਸੀਮੈਂਟ ਫਿਲ ਕੀਤਾ ਸੀ, ਪਹਿਲੇ ਜਦੋਂ ਵੀ ਇਹਦੀ ਕੋਈ ਰੈਨੋਵੇਸ਼ਨ ਜਾਂ ਰੈਸਟੋਰੇਸ਼ਨ ਹੋਈ ਹੋਏਗੀ ਉਹਦੇ ਵਿੱਚ ਇਹਨਾਂ ਨੇ ਸਿਰਫ ਸੀਮੈਂਟ ਫਿਲਿੰਗ ਕਰਕੇ ਇਹਨੂੰ ਕੰਪਲੀਟ ਕੀਤਾ ਸੀ ਇਸ ਦਰਵਾਜ਼ੇ ਨੂੰ, ਸ਼ਾਇਦ ਐਲੂਮੀਨੀਅਮ ਦੀ ਇਹਨਾਂ ਨੇ ਦਰਵਾਜ਼ੇ ਲਾਉਣਾ ਸੀ, ਇਹਨੂੰ ਚੋਰਸ ਕੀਤਾ ਸੀ ਇਸ ਵਜ੍ਹਾ ਤੋਂ ਕੁਛ ਇਹਨਾਂ ਨੇ, ਜਾਂ ਜੋ ਵੀ ਸੀ ਇਹਨਾਂ ਨੇ ਮਤਲਬ ਇਹਨਾਂ ਨੂੰ ਸੀਮੈਂਟ ਦੇ ਨਾਲ ਬਿਲਕੁਲ ਬੰਦ ਕੀਤਾ, ਅਸੀਂ ਉਹ ਸੀਮੈਂਟ ਸਾਰਾ ਰਿਮੂਵ ਕੀਤਾ ਇਹਦੇ ਵਿੱਚੋਂ ਅਤੇ ਦੁਬਾਰਾ ਅਸੀਂ ਇੱਟ ਦੇ ਨਾਲ ਹੀ ਦੁਬਾਰਾ ਇਸ ਆਰਚ ਨੂੰ ਲਾ ਰਹੇ ਹਾਂ ਤਾਂ ਕਿ ਦਰਵਾਜ਼ਾ ਜਿਹੜਾ ਉਹ ਪੁਰਾਣੀ ਆਪਣੀ ਹਾਲਤ ਦੇ ਵਿੱਚ, ਅਸਲ ਹਾਲਤ ਦੇ ਵਿੱਚ ਵਾਪਸ ਆ ਸਕੇ। ਠੀਕ ਹੈ, ਸਾਨੂੰ ਫਿਰ ਹੁਣ ਅੰਦਰ ਚੱਲੋ ਅਤੇ ਸਾਨੂੰ ਅੰਦਰ ਚੱਲ ਕੇ ਦਿਖਾਓ ਕਿ ਅੰਦਰ ਕੀ ਚੱਲ ਰਿਹਾ ਜੀ। ਚੱਲਦੇ ਹਾਂ ਅੰਦਰ ਅਤੇ ਜ਼ਰਾ ਦੇਖਦੇ ਹਾਂ ਕਿ ਕੁਛ ਹਿੱਸਾ ਮਿਸਿੰਗ ਸੀ ਉਹ ਪੂਰਾ ਹੋਇਆ ਕਿ ਨਹੀਂ ਹੋਇਆ। ਕਿਉਂਕਿ ਜੀ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਕਿ ਸਾਡੇ ਉਸਤਾਦ ਹੋਰੀ ਜਿਹੜੇ ਨੇ ਉਹ ਲਾਉਣਾ ਸ਼ੁਰੂ ਕੀਤਾ ਹੋਇਆ ਉਹਨਾਂ ਨੇ ਮਸਾਲਾ ਜੀ, ਤੁਸੀਂ ਥੋੜ੍ਹਾ ਇਹਨਾਂ ਡਿਸਕ੍ਰਾਈਬ ਕਰੋ ਇਸ਼ਤਿਆਕ ਸਾਹਿਬ ਜੀ। ਇਹ ਆਰਚਿਸ ਦੇ ਦਰਮਿਆਨ ਜਿਹੜੀਆਂ ਛੋਟੀਆਂ ਛੱਤਰੀਆਂ ਨੇ ਸਾਡੀਆਂ,
पिछली बारी तुसी वीडियोज़ देखा होएगा रह गई सी ते असी इन्हां नूं हुण कंप्लीट कर रहे हैं। इंशाल्लाह इस तों बाद साडा ग्राउंड फ्लोर ऑलमोस्ट कंप्लीट हो जाएगा। दरवाज़ियां ते भी कम चल रहा है चारों, और दरवाजे भी कंप्लीट हो जाएंगे। ग्राउंड फ्लोर ऑलमोस्ट पहले भी कंप्लीट सी, सिर्फ है कम थोड़े थोड़े रहिंदे सी जिहड़े कि असी हले नाल नाल चल रहे सन, है तो वो हूँ असी नाल नाल शुरू किए ने, जिहड़े जल्द अज जल्द असी कंप्लीट करके ग्राउंड फ्लोर नूं इंशाल्लाह ताला जिहड़ा ना असी फाइनल कर देंगे। ठीक हो गया जी, आओ जी बिल्कुल जी, है अज इन्होंने कंप्लीट किया ठीक है, और पूरा इनू ज्योमेट्री इनकी कढ़ी सी साड़ी टीम ने, और फर्मे वगैरह बना के इनू प्रोपर जिहड़ा ना असीं इनू कंप्लीट कर रहे हैं। वो नहीं कि मतलब ला के तो बस इनू कवर कर दिता, प्रोपर हर चीज़ की जरा डॉक्यूमेंटिंग डॉक्यूमेंट उन्होंने किया जा रहा, उस तो बाद ही उन्होंने जरा अमल किया जाता। बाकी फेस थे। जी जी इश्तियाक साहब, अगे असी की करन लई जा रहे हैं, ए भी कोई पोर्शन मैनू मुकम्मल होया होया नज़र आ रहा है कि एहदे च भी कोई काम नज़र नहीं आ रहा हुण, कसाई कदों शुरू होएगी? सर इहदी एक दफा असी फाइनल मतलब इहनू शुरू फाइनल फिनिश कर दईए, इहनू सारे ग्राउंड फ्लोर नूं कंप्लीट कर दईए, उस तो बाद इहदी फाइनल असी कसाई करके ते ग्राउंड फ्लोर नूं असी जिहड़ा उह फाइनल कर देंगे। मतलब नहीं लेयर कोई नहीं आनी, लेयर इहदियां सारियां लग गईआं ने, हुण सिर्फ इहदी कसाई होएगी ते फॉर्म फिनिश होएगी इहदी फाइनल। जी ਉਹ ਪੱਕਾ ਕਲੀ ਜਿਹਨੂੰ ਤੁਸੀਂ ਸਮਝ ਰਹੇ ਹੋ ਉਹ ਪੱਕਾ ਕਲੀ ਸਾਡੀ ਲੇਅਰ 4 ਦੇ ਉੱਤੇ ਹੋਣੀ ਹੈ, ਡਬਲ ਹਾਈਟ ਸਪੇਸ ਦੇ ਉੱਤੇ। ਉਹ ਜਦੋਂ ਸਾਡਾ ਪਲਾਸਟਰ ਬਿਲਕੁਲ ਖੁਸ਼ਕ ਹੋਈਏਗਾ, ਦੇਖੋ ਕਿੰਨਾ ਟਾਈਮ ਲੈਂਦਾ ਹੁਣ, ਇਹ ਤਾਂ ਇਸ ਮਟੀਰੀਅਲ ਦੀ ਨੇਚਰ 'ਤੇ ਡਿਪੈਂਡ ਕਰਦਾ ਕਿ ਕਦੋਂ ਇਹ ਸੁੱਕਦਾ। ਹਾਲੇ ਤੁਸੀਂ ਇਹ ਸਾਹਮਣੇ ਅਗਰ ਦੇਖ ਵੀ ਸਕੋ ਤਾਂ ਇਹ ਮਤਲਬ ਇਹ ਚੀਜ਼ਾਂ ਹੀ ਤੁਸੀਂ ਅਗਰ ਦੇਖੋ ਤਾਂ ਇਹ ਤੁਹਾਨੂੰ ਗਿੱਲੀਆਂ ਗਿੱਲੀਆਂ ਫੀਲ ਹੋਣਗੀਆਂ ਬਨਿਸਬਤ ਦੇ। ਕਿਸੇ ਕਿਸੇ ਜਗ੍ਹਾ ਤੋਂ ਹਲੇ ਗਿੱਲਾ, ਕਿਸੇ ਕਿਸੇ ਜਗ੍ਹਾ ਤੋਂ ਸੁੱਕ ਰਿਹਾ ਆਹਿਸਤਾ ਆਹਿਸਤਾ, ਜਿਵੇਂ ਇਹ ਕੰਪਲੀਟ ਹੋਈਏਗਾ ਸੁੱਕ ਜਾਏਗਾ, ਉਸ ਤੋਂ ਬਾਅਦ ਜਿਹੜਾ ਅਸੀਂ ਇਹਦੀ ਪੱਕਾ ਕਲੀ ਸ਼ੁਰੂ ਕਰਾਂਗੇ। बहुत वधिया लग रहा है, ते मैनू किसी जगह दे ते थोड़ा जिहा डायमंड कट भी इहदे नजर आ रहे सी, जिस तरह के पुरानी बिल्डिंग दे विच जिस तरह डायमंड कट आंदे ने ना, बेसिकली है इहदी ज्योमेट्री है, जिस ज्योमेट्री दे उत्ते इह बनदा है, बाद च असीं इह डायमंड कट नूं खतम कर दिंदे आ क्योंकि नज़र नहीं आता, एक ही लेयर दे विच इहनूं फिनिश करीदा। बेसिकली इह जिहड़ा तुसीं डायमंड कट अगर इहदा देखोगे ते इह इहदी बेसिकली ज्योमेट्री है, जिस ज्योमेट्री दे उत्ते इह लगदा है। कई जगह ते असीं देखिआ कि इह विजिबल भी हुंदा जी, ओह बिल्कुल फिनिशिंग कीती हुंदी उहनां ने, जिस तरह कि 1, 2, 3, 4 पार्ट्स दे अंदर है। बिल्कुल जी, दिखाओ जी किस साइड दा बाकी तुसी पिछे भी देखिया ओ सारी ऐसे नेचर दियां लगियां ने। ਜਿਸ ਤਰ੍ਹਾਂ ਅਸੀਂ ਦੇਖਿਆ ਕਿ ਮੁਗਲਾਈ ਆਰਕੀਟੈਕਚਰ ਦੇ ਵਿੱਚ ਕਾਫੀ ਜਗ੍ਹਾ ਦੇ ਉੱਤੇ ਇਹ ਛਤਰੀ ਦੇ ਅੰਦਰ ਜੀ ਜੀ ਕੱਟਸ ਵੀ ਨਜ਼ਰ ਆਉਂਦੇ ਨੇ, ਉਹ ਬਿਊਟੀਫਿਕੇਸ਼ਨ ਵਾਸਤੇ ਹੁੰਦਾ ਜਾਂ ਸਪੈਸੀਫਿਕਲੀ? ਬੇਸਿਕਲੀ ਇਹ ਛਤਰੀਆਂ ਦੋ ਕਿਸਮ ਦੀਆਂ ਛਤਰੀਆਂ ਹੁੰਦੀਆਂ, ਇੱਕ ਦੇ ਵਿੱਚ ਆਉਂਦੀ ਹੈ ਕਾਲਪਕਾਰੀ, ਠੀਕ ਹੈ, ਕਾਲਪਕਾਰੀ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਸਟੂਕੋ ਵਰਕ ਦੀ ਇੱਕ ਫੋਰਮ ਹੁੰਦੀ ਹੈ, ਠੀਕ ਹੈ। ਅਕਸਰ ਜਗ੍ਹਾ ਦੇ ਉੱਤੇ ਤੁਸੀਂ ਜਿਹੜੀ ਮੁਗਲਾਈ ਦੇ ਵਿੱਚ ਦੇਖਦੇ ਹੋ ਉਹਦੇ ਵਿੱਚ ਉਹਨਾਂ ਨੇ ਕਾਲਪਕਾਰੀ ਕੀਤੀ ਹੁੰਦੀ ਹੈ, ਜਿਹਨੂੰ ਕਿ ਜਿਹਨੂੰ ਉਹਨਾਂ ਨੇ ਜਿਹੜਾ ਨਾ ਉਹ ਕੀਤਾ ਹੁੰਦਾ ਹੈ ਆਪਣਾ ਸਟੂਕੋ ਦੇ ਵਿੱਚ ਲਿਆਉਂਦਾ ਹੁੰਦਾ। ਇਹ ਜਿਹੜੀ ਹੈ ਸਿੰਪਲ ਵਾਲੀ, ਇਹਦੇ ਵਿੱਚ ਕਾਲਪਕਾਰੀ ਨਹੀਂ ਹੈਗੀ ਕਿਉਂਕਿ ਸਾਨੂੰ ਪੁਰਾਣੇ ਕੋਈ ਇਹਦੇ ਵਿੱਚ ਆਸਾੜ ਨਹੀਂ ਮਿਲੇ। ਤੇ ਲੈਫਟ ਸਾਈਡ ਦੀ ਸਰੋਵਰ ਸਾਈਡ ਦੀ ਜਿਹੜਾ ਫਸਾਡ ਹੈ ਉਹਦੀ ਵੀ ਰਿਪੇਅਰਿੰਗ ਦਾ ਕੰਮ ਚੱਲ ਰਿਹਾ। ਬੇਸਿਕਲੀ ਸਾਈਮਲਟੇਨੀਅਸਲੀ ਅਸੀਂ ਤਿੰਨੋਂ ਫਲੋਰਾਂ ਨੂੰ ਅਸੀਂ ਜਿਹੜਾ ਨਾ ਚਲਾ ਰਹੇ ਹਾਂ ਨਾਲ ਨਾਲ, ਕਿ ਸਾਡੀ ਕੋਸ਼ਿਸ਼ ਹੈ ਕਿ ਜਿੰਨਾ ਜਲਦੀ ਹੋ ਸਕੇ ਅਸੀਂ ਇਹਨੂੰ ਜਿਹੜਾ ਇਹਨਾਂ ਨੂੰ ਕੰਪਲੀਸ਼ਨ ਨਾਲ ਲੈ ਕੇ ਜਾਈਏ। ਜੀ ਚੱਲਦੇ ਹਾਂ, ਅਸੀਂ ਤੁਹਾਨੂੰ ਦਿਖਾਉਂਦੇ ਹਾਂ ਜੇ ਜਿਹੜਾ ਆਪਣਾ ਵੈਸਟ ਸਾਈਡ ਹੈ, ਖਾਸ ਕਰਕੇ ਸਰੋਵਰ ਵਾਲੀ ਸਾਈਡ ਦੇ ਉੱਤੇ ਵੀ ਸਾਡਾ ਜਿਹੜਾ ਫਸਾਡ ਹੈ ਉਹ ਲੱਗਣਾ ਸ਼ੁਰੂ ਹੋ ਗਿਆ। ਪਰਸਪੈਕਟਿਵ ਵਿਊ ਫਰੋਮ ਟੂਵਰਡ ਸਰੋਵਰ ਸਾਹਿਬ, ਯਾਨੀ ਕਿ ਅਗਰ ਟਿੱਲਾ ਜੋਗੀਆਂ ਵਾਲੀ ਸਾਈਡ ਤੋਂ ਤੁਸੀਂ ਫੇਸ ਕਰਦੇ ਹੋ ਗੁਰਦੁਆਰਾ ਸਾਹਿਬ ਨੂੰ, ਤਾਂ ਉੱਥੇ ਵੀ ਕੰਮ ਲੱਗਾ ਹੋਇਆ। ਚੱਲਦੇ ਹਾਂ ਉੱਧਰ, ਤੁਹਾਨੂੰ ਉੱਥੇ ਦਿਖਾਉਂਦੇ ਹਾਂ। ਹਾਂਜੀ ਜੀ, ਅਸੀਂ ਬਾਹਰ ਵਾਲੀ ਸਾਈਡ 'ਤੇ ਆ ਗਏ ਹਾਂ। ਇਸ ਵੇਲੇ ਅਸੀਂ ਪਰਸਪੈਕਟਿਵ ਵਿਊ ਸਾਡਾ ਜਿਹੜਾ ਕਹਿ ਲਵੋ ਤੁਸੀਂ ਕਿ ਵੈਸਟ ਵਾਲੀ ਸਾਈਡ ਤੋਂ ਅਸੀਂ ਦੇਖ ਰਹੇ ਹਾਂ, ਨਾਲ ਹੀ ਸਾਡੇ ਸਰੋਵਰ ਸਾਹਿਬ ਹੈ ਅਤੇ ਭਾਈ ਸਾਹਿਬ ਜਿਹੜੇ ਨੇ ਉਹ ਫੇਸ ਅਪ ਕਰ ਰਹੇ ਨੇ,
फेस अप जिहड़ा है वैस्ट वैली साइड तो शुरू कर रहे हैं। इश्तियाक साहब जरा थोड़ी जिन्नी दी दसो धागे शागे जिहड़े बन्ने हुए ने अगे होके जरा डिटेल जी जी। ए तुसीं देखोगे जिस तरह असीं फ्रंट फसाड दे उत्ते असीं जिवें कम कीता सारा रिपेयर वर्क दा, बेसिकली यह धागे उन्हां चीज़ां दी डिवीजन ने जिहड़े स्टार्स असीं सामने बनाए ने उस उन्हां स्टार्स दी डिवीजन भी है, तो जिहड़े जिहड़े इहदे विच पैनल्स बने ने उन्हां दी डिवीजन है सूत्रां दे उत्ते कीती है। सेम एज इट इज़ जिमें फ्रंट फसाड से बिल्कुल ए भी उस तरह ही नज़र आएगा इंशाल्लाह तला आने वाले कुछ दिनों जो कंप्लीट हो जाएगा। दूसरी साइड पर भी कोई जगह है इस तरह की? माल्टा साइड तो बेसिकली साड़ी कोई इन्नी रिपेयर वर्क नहीं है, उधर वो ही कंप्लीट सी बिल्कुल जी, उस असी रेप्लीकेट किया ना बिल्कुल तीनों साइडों के उत्ते जी, जो कि बिल्कुल तकरीबन मिट चुके होया सी। उधर उस माल्टा साइड के उत्ते जिहड़ा साडा वो सिर्फ और सिर्फ आश रिपेयर वर्क का काम है जरा कि असी दरवाजे को कंप्लीट करना बस। मैं हाँ तुहाडा अपना होस्ट शाहिद शबीर बाबा जी और तुसी देख रहे हो रणजीत निगारा। रणजीत निगारा नॉन प्रॉफिट ऑर्गनाइजेशन ऑफ मंटिका सिटी कैलीफोर्निया स्टेट USA। एक गल तुहानूं गुरप्यारी संगत दसदा चलां और प्यार तमाम व्यूवर्स नूं कि साडे हैड्स जिहड़े ने उहने सतप्रीत सिंह जी, इस तों इलावा कोई बंदा लीड नहीं कर रहा, ना ही किस दुनिया के किसी भी नुक्कर दे विच साडी कोई भी ब्रांच जिहड़ी है रणजीत निगारा दी वो नहीं है। ईवन पाकिस्तान अंदर भी और ईस्ट पंजाब अंदर भी और इंग्लैंड अमेरिका होर कितने भी कोई ब्रांच नहीं है। मंटिका सिटी कैलीफोर्निया जालसाजी तो बचना है, किसी दूसरे बंदे दे राही कोई भी किसी किस्म की तुसी कोई सेवा जी है वह नहीं करनी है और ना ही किसी नूं कोई दसवंत अपना जिहड़ा वह देना है। तुसी सिर्फ और सिर्फ तमाम दी तमाम जिहड़ी डोनेशन है वह हैड ऑफिस दे नाम है जो कि तुसी देख सकते हो www.ranjitnagara.com.org USA। ठीक है जी, और उस तो बाद तुसी देख सकते हो रणजीत निगारा ऑफिशियल पेज अपना फेसबुक के उत्ते और नाल ही नाल तुहानू यूट्यूब दे उत्ते और नाल दी नाल तुहानू जिथे भी नज़र आएगा यूट्यूब दे उत्ते वीडियो नज़र आती है तो उहदे थले चलती हुई स्लाइड विच साडे तमाम कॉन्टैक्ट्स जिहड़े ने मौजूद है। तो सो प्लीज़ किसी भी चीज़ तो बचण वास्ते बेहतर है कि तुसी हैड ऑफिस नाल ही राबता करो। एक बार फिर दसदा चलां कि पूरी दुनिया भर दे विच किसी भी मुल्क विच नॉट इन USA ओनली, मतलब कैनेडा, अमेरिका, इंग्लैंड, न्यूजीलैंड, आस्ट्रेलिया, कितने भी कोई ब्रांच जिहड़ी है रणजीत निगारा दी नहीं है। तो चलते हाँ असी अगली अपडेट वाली।